ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੇਰਾ ਨਾਮ ਹੈਰੀ ਹੈ ਜੀ ਅੱਜ ਤੋਂ ਡੇ ਲਈ ਅਸੀਂ ਸੋਲਰ ਪਲਾਂਟ ਦੀ ਵੀਡੀਓ ਲੈ ਕੇ ਆਏ ਹਾਂ ਜਿਨ੍ਹਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਦੇ ਬਟਨ ਤੇ ਕਲਿੱਕ ਕਰ ਲਓ ਤਾਂ ਜੋ ਤੁਹਾਨੂੰ ਨਵੀਆਂ ਨਵੀਆਂ ਅਪਡੇਟਸ ਮਿਲਦੀਆਂ ਰਹਿਣ ਹਾਂਜੀ ਅਸੀਂ ਇਹ ਸੋਲਰ ਪਲਾਂਟ ਦੇ ਤੁਹਾਨੂੰ ਅੱਜ ਸਾਰੀਆਂ ਸਪੈਸੀਫਿਕੇਸ਼ਨਸ ਦੱਸਾਂਗੇ ਕਿੰਨੇ ਦੀ ਕੋਸਟ ਹੈ ਕਿੰਨੀ ਸਬਸਿਡੀ ਹੈ ਕਿੰਨੇ ਯੂਨਿਟਸ ਪ੍ਰੋਡਿਊਸ ਕਰਦਾ ਹੈ ਉਹਦੇ ਬਾਰੇ ਅੱਜ ਤੁਹਾਨੂੰ ਦੱਸਦੇ ਹਾਂ ਜੀ ਇਹ ਸਾਰਾ 6 ਕਿਲੋਵੈਟ ਦਾ ਸੋਲਰ ਹੈ ਜੀ ਇਹ ਕੋਲ तकरीबन ਇਹਦੇ ਤੇ 1 ਕਿਲੋਵਟ ਤੇ 50000 ਰੁਪਿਆ ਖਰਚਾ ਆਇਆ ਸੀਗਾ ਜੀ ਜੇਕਰ ਇਹਦੀ ਅਸੀਂ ਸਬਸਿਡੀ ਦੀ ਗੱਲ ਕਰੀਏ ਜੀ ਸਬਸਿਡੀ ਇਹ ਤੇ 3 ਕਿਲੋਵਟ ਤੱਕ ਹੈਗੀ ਹੈ ਜੀ 40% ਸਬਸਿਡੀ ਜੇਕਰ ਅਸੀਂ ਇਸ ਤੋਂ ਜ਼ਿਆਦਾ ਲਗਵਾਉਣੇ 4 ਕਿਲੋਵਟ ਜਾਂ 5 ਕਿਲੋਵਟ ਦਾ ਤਾਂ ਉਸ ਤੇ ਸਬਸਿਡੀ ਥੋੜੀ ਘਟ ਜਾਂਦੀ 20% ਸਬਸਿਡੀ ਰਹਿੰਦੀ ਹੈ ਜੀ ਤੇ ਜੇਕਰ ਇਹਦੀਆਂ ਯੂਨਿਟਸ ਦੀ ਗੱਲ ਕਰੀਏ ਕਿੰਨੀਆਂ ਪ੍ਰੋਡਿਊਸ ਕਰਦਾ ਜੀ ਤਾਂ तकरीबन ਇਹ ਗਰਮੀ ਦੇ ਵਿੱਚ 30 ਪਲੱਸ ਕਰ ਦਿੰਦਾ ਜੀ ਤੇ ਇੱਕ ਇਹਦੀ ਥੋੜੀ ਸਫਾਈ ਦੀ ਖਿਆਰ ਰੱਖਣਾ ਪੈਂਦਾ ਕਿਉਂਕਿ ਗਰਮੀ ਥੋੜਾ ਜਿਆਦਾ ਧੂੜ ਮਿੱਟੀ ਨਾਲ ਇਹ ਉੱਪਰ ਮਿੱਟੀ ਜੰਮ ਜਾਂਦੀ ਹੈ ਜੀ ਤੇ ਇਹਦੇ ਕਰਕੇ ਜੁਨਿਟਸ ਘੱਟ ਪ੍ਰੋਡਿਊਸ ਕਰਦਾ ਤੇ ਇਹਦੇ ਅਸੀਂ ਤੁਹਾਨੂੰ ਇਨਵਰਟਰ ਬਾਰੇ ਦਿਖਾਉਣੇ ਜੀ ਹਾਂਜੀ ਦੋਸਤੋ ਆ ਇਹਦਾ ਇਨਵਰਟਰ ਹੈ ਇਹਦੇ ਬਾਰੇ ਤੁਹਾਨੂੰ ਅਸੀਂ ਦੱਸਦੇ ਹਾਂ ਅੱਜਿਆਂ ਟੋਟਲ ਅੱਜ ਦੇ ਯੂਨਿਟਸ ਹੈ ਜੀ 4 ਪੁਆਇੰਟ ਤੇ 10 ਯੂਨਿਟਸ ਹੈਗੀਆਂ ਜੀ 18 ਸੌਰੀ ਤੇ ਟੋਟਲ ਯੂਨਿਟਸ ਇਹਨੇ ਹੁਣ ਤੱਕ ਪ੍ਰੋਡਿਊਸ ਕੀਤੀਆਂ ਜੀ 8046 ਪੂਰਾ ਸਾਲ ਹੋ ਗਿਆ ਲਗਵਾਏ ਨੂੰ ਪਿਛਲੀ ਜਨਵਰੀ ਚ ਲਗਵਾਇਆ ਸੀ ਤੇ ਹੁਣ ਤੱਕ ਇਹਨੇ 8046 ਯੂਨਟ ਬਣਾ ਚੁੱਕਿਆ ਜੀ ਤੇ ਜੇਕਰ ਇਹਦੀ ਪਾਵਰ ਦੀ ਗੱਲ ਕਰੀਏ ਤਾਂ ਇਹ ਆਪਾਨੂੰ ਪਾਵਰ ਸ਼ੋਅ ਕਰ ਰਿਹਾ ਹੈ 1.98 ਕਿਲੋਵਾਟ ਮਤਲਬ ਕਿਉਂਕਿ ਧੁੱਪ ਅੱਜ ਥੋੜੀ ਜਿਹੀ ਘੱਟ ਹੈ ਧੁੱਪ ਬਿਲਕੁਲ ਨਾ ਮਾਤਰੀ ਹੈ ਜੇਕਰ ਧੁੱਪ ਜ਼ਿਆਦਾ ਹੁੰਦੀ ਹੈ ਤਾਂ ਇਹ 4 ਜਾਂ 5 ਕਿਲੋਵਾਟ ਤੱਕ ਦੀ ਪਾਵਰ ਕੱਢਦਾ ਜੀ ਜਦੋਂ ਮੌਸਮ ਖਰਾਬ ਹੁੰਦਾ ਹੈ ਜਾਂ ਕੁਝ ਵੀ ਹੁੰਦਾ ਧੁੱਪ ਘੱਟ ਨਿਕਲਦੀ ਹੈ ਤਾਂ ਫਿਰ ਵੀ ਇਹ 20 ਯੂਨਟਾਂ ਦਾ ਘੱਟੋ ਘੱਟ ਪੈਦਾ ਕਰਦਾ ਜੀ ਤੇ ਵੱਧ ਤੋਂ ਵੱਧ ਇਹ 35 ਯੂਨਟ ਤੱਕ ਪ੍ਰੋਡਿਊਸ ਕਰ ਦਿੰਦਾ ਜੀ